ਦੋ ਪੁੱਤ ਨੂੰ ਮਾਲ ਦੇ ਅੰਦਰ ਜਾਣ ਤੋਂ ਰੋਕਣਾ ਮਾਲ ਅਤੇ ਉਸਦੇ ਸਿਕਿਉਰਿਟੀ ਗਾਰਡ ਨੂੰ ਮਹਿੰਗਾ ਪੈ ਗਿਆ। ਜੀ ਹਾਂ, ਦਰਅਸਲ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਪਿਓ ਪੁੱਤ ਪੂਰੇ ਦੇਸੀ ਲਿਬਾਸ ਤੋਂ ਵਿੱਚ ਮਾਲ ਦੇ ਅੰਦਰ ਦਾਖਲ ਹੋਣ ਲੱਗਦੇ ਨੇ, ਪਰ ਬਾਹਰ ਹੀ ਉਹਨਾਂ ਨੂੰ ਰੋਕ ਲਿਆ ਜਾਂਦਾ। ਸਿਕਿਉਰਿਟੀ ਗਾਰਡ ਦੇ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਮਾਲ ਦੇ ਵਿੱਚ ਨਹੀਂ ਜਾ ਸਕਦੇ। ਦਰਅਸਲ ਤੁਹਾਨੂੰ ਦੱਸ ਦਈਏ ਕਿ ਇਹ ਪਿਓ ਪੁੱਤ ਫਿਲਮ ਦੇਖਣ ਦੇ ਲਈ ਮਾਲ ਦੇ ਵਿੱਚ ਆਏ ਹੁੰਦੇ ਨੇ, ਇਹਨਾਂ ਕੋਲ ਟਿਕਟਾਂ ਵੀ ਹੁੰਦੀਆਂ ਨੇ, ਸਭ ਕੁਝ ਹੁੰਦਾ, ਪਰ ਇਹਨਾਂ ਨੂੰ ਸਿਰਫ ਇਸ ਗੱਲ ਕਰਕੇ ਰੋਕ ਲਿਆ ਜਾਂਦਾ ਕਿਉਂਕਿ ਇਹ ਦੇਸੀ ਲਿਬਾਸ ਦੇ ਵਿੱਚ ਇੱਥੇ ਆਏ ਹੁੰਦੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਵਿਅਕਤੀ ਜੋ ਹੈ ਉਸਦੇ ਧੋਤੀ ਬੰਨੀ ਹੋਈ ਹੈ, ਧੋਤੀ ਪਾਈ ਹੋਈ ਹੈ, ਕੁੜਤਾ ਪਾਇਆ ਹੋਇਆ ਅਤੇ ਪੈਰਾਂ ਦੇ ਵਿੱਚ ਚੱਪਲਾਂ ਪਾਈਆਂ ਹੋਈਆਂ ਨੇ, ਜਿਸ ਨੂੰ ਰੋਕ ਲਿਆ ਗਿਆ। ਦਰਅਸਲ ਪੁੱਤ ਆਪਣੇ ਪਿਓ ਨੂੰ ਫਿਲਮ ਦਿਖਾਉਣ ਦੇ ਲਈ ਮਾਲ ਦੇ ਵਿੱਚ ਲੈ ਕੇ ਆਇਆ ਸੀ, ਪਰ ਟਿਕਟਾਂ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਸਿਕਿਉਰਿਟੀ ਗਾਰਡ ਦੇ ਵੱਲੋਂ ਕਿਹਾ ਗਿਆ ਕਿ ਇਹ ਮਾਲ ਦੇ ਰੂਲ ਰੈਗੂਲੇਸ਼ਨ ਦੇ ਖਿਲਾਫ ਹੈ। ਜੇਕਰ ਤੁਸੀਂ ਮਾਲ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਹੋ, ਫਿਲਮ ਦੇਖਣਾ ਚਾਹੁੰਦੇ ਹੋ, ਤਾਂ ਪਹਿਲਾਂ ਕੁੜਤਾ ਪਜਾਮਾ ਨਾ ਪਾਇਆ ਜਾਏ, ਇਸ ਦੀ ਜਗ੍ਹਾ ਤੁਸੀਂ ਪੈਂਟ ਸ਼ਰਟ ਪਾ ਕੇ ਆਓ, ਤਾਂ ਹੀ ਤੁਹਾਨੂੰ ਮਾਲ ਦੇ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ। ਪੁੱਤ ਦੇ ਵੱਲੋਂ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ ਜਾਂਦੀ ਹੈ ਅਤੇ ਹੁਣ ਇਸ ਮਾਲ ਦੇ ਉੱਤੇ ਵੱਡਾ ਐਕਸ਼ਨ ਹੋਇਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇਸ ਮਾਲ ਦੇ ਉੱਤੇ ਕਰਨਾਟਕ ਸਰਕਾਰ ਦਾ ਵੱਡਾ ਐਕਸ਼ਨ ਹੁੰਦਾ ਹੋਇਆ ਦਿਖਾਈ ਦਿੱਤਾ, ਜਿੱਥੇ ਇਸ ਮਾਲ ਨੂੰ ਸੀਲ ਕਰਨ ਦੇ ਹੁਕਮ ਜੋ ਨੇ ਜਾਰੀ ਕਰ ਦਿੱਤੇ ਗਏ ਨੇ। ਤਾਂ ਕਿਸਾਨ ਦਾ ਅਪਮਾਨ ਕਰਨਾ, ਉਸਨੂੰ ਮਾਲ ਦੇ ਅੰਦਰ ਜਾਣ ਤੋਂ ਰੋਕਣਾ ਮਾਲ ਨੂੰ ਮਹਿੰਗਾ ਪੈ ਗਿਆ। ਸਰਕਾਰ ਨੇ ਮਾਲ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਨੇ, ਤਾਂ 7 ਦਿਨ ਇਹ ਮਾਲ ਜੋ ਹੈ ਬੰਦ ਰਹੇਗਾ। ਕਿਸਾਨ ਨੇ ਚਿੱਟੀ ਕਮੀਜ਼ ਦੇ ਨਾਲ ਧੋਤੀ ਪਾਈ ਹੋਈ ਸੀਗੀ, ਜਿਸ ਕਾਰਨ ਉਸਨੂੰ ਮਾਲ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਪੁੱਤ ਜੋ ਹੈ ਆਪਣੇ ਪਿਓ ਨੂੰ ਫਿਲਮ ਦਿਖਾਉਣ ਦੇ ਲਈ ਲੈ ਕੇ ਗਿਆ ਹੁੰਦਾ, ਪਰ ਮਾਲ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਕਿਹਾ ਜਾਂਦਾ ਕਿ ਤੁਸੀਂ ਪਹਿਲਾਂ ਪੈਂਟ ਸ਼ਰਟ ਪਾ ਕੇ ਆਓ, ਅਜਿਹਾ ਪਹਿਨਾਵਾ ਜੋ ਹੈ ਮਾਲ ਦੇ ਅੰਦਰ ਪਾ ਕੇ ਤੁਸੀਂ ਨਹੀਂ ਜਾ ਸਕਦੇ। ਤਾਂ ਅਕਸਰ ਹੀ ਕਾਫੀ ਵੀਡੀਓਜ਼ ਦੇਖੀਆਂ ਜਾ ਸਕਦੀਆਂ ਨੇ। ਬੀਤੇ ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵੀਡੀਓ ਸਾਹਮਣੇ ਆਈ ਸੀ ਦਿੱਲੀ ਤੋਂ, ਜਿੱਥੇ ਇੱਕ ਔਰਤ ਨੂੰ ਸਾੜੀ ਪਾ ਕੇ ਜੋ ਹੈ ਰੈਸਟੋਰੈਂਟ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਸੀ। ਕਿਹਾ ਗਿਆ ਸੀ ਕਿ ਇਹ ਪਾ ਕੇ ਤੁਸੀਂ ਰੈਸਟੋਰੈਂਟ ਦੇ ਅੰਦਰ ਨਹੀਂ ਜਾ ਸਕਦੇ। ਤਾਂ ਹੁਣ ਅਜਿਹਾ ਹੀ ਮਾਮਲਾ ਕਰਨਾਟਕਾ ਤੋਂ ਸਾਹਮਣੇ ਆਇਆ, ਜਿੱਥੇ ਕਰਨਾਟਕ ਦੇ ਵਿੱਚ ਧੋਤੀ ਵਾਲੇ ਵਿਅਕਤੀ ਨੂੰ ਮਾਲ ਦੇ ਅੰਦਰ ਜਾਣ ਤੋਂ ਰੋਕਣਾ ਮਾਲ ਨੂੰ ਹੀ ਮਹਿੰਗਾ ਪੈ ਗਿਆ। ਸਰਕਾਰ ਨੇ ਮਾਲ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ, ਤਾਂ 7 ਦਿਨਾਂ ਦੇ ਲਈ ਇਹ ਮਾਲ ਬੰਦ ਰਹੇਗਾ। ਇਸ ਫੈਸਲੇ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਜੋ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ, ਇੱਕ ਵਾਰ ਆਪਣੀ ਰਾਏ ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ।